ਗਲੇ ਚੋਂ ਨਾ ਆਵਾਜ਼ ਆਉਂਦੀ, ਖੁੜ ਖੁੜ ਦੀ ਆਵਾਜ਼ ਆਉਂਦੀ ਆ। ਉਹ ਕਾਲੇ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ? ਅਤੇ ਦੋਸਤੋ, ਜਾਣੇ ਦਾ ਮੈਂ ਸੁਬਹਾ ਨਿਬੇੜ ਗਿਆ ਸੀਗਾ ਸਾਰਾ ਕੰਮਕਾਰ, ਹੁਣ ਤਕਰੀਬਨ 1 ਵੱਜ ਗਿਆ। ਅਤੇ ਦੋਸਤੋ, ਜਿਹੜਾ ਮੈਂ ਪਰਸੋਂ ਚੌਥੇ ਛਿਲਕਾ ਪਾ ਕੇ ਗਿਆ ਸੀਗਾ, ਅਤੇ ਉਹਨੂੰ ਹੁਣ ਮੈਂ ਫੋਲ ਦੇਵਾਂ, ਕਿਉਂਕਿ ਜੇ ਇੱਕੋ ਜਗ੍ਹਾ ਫਿਰ ਪਿਆ ਰਹਿੰਦਾ ਫਿਰ ਉਹ ਖਰਾਬ ਹੋ ਜਾਂਦਾ ਉਹ, ਅਤੇ ਉਹ ਸਲਾਬ ਜਾਂਦਾ, ਅਤੇ ਹੁਣ ਜੇ ਮੈਂ ਫੋਲ ਦੂੰਗੇ ਫਿਰ ਉਹ ਸੁੱਕ ਜੂਗਾ। ਇਸ ਸਾਈਡ ਮੈਂ ਜ਼ਿਆਦਾ ਪਾਇਆ ਸੀਗਾ ਇਹ ਲਾਸਟ ਵਾਲੇ 'ਚ, ਫਿਰ ਇੱਥੇ ਮੁਰਗਿਆਂ ਨੂੰ ਫਿਰ ਮੈਂ ਰਾਤ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿੰਦਾ, ਠੰਡ ਠੁੰਡ ਜਿਹਾ ਲੱਗਦੀ ਨਹੀਂ। ਇੱਕ ਵਾਰ ਇਹ ਚੰਗੀ ਤਰ੍ਹਾਂ ਪੱਟ ਹੋ ਜਾਵੇ ਨਾ ਤਾਂ ਸੁੱਕ ਜਾਂਦਾ, ਇਹਨੂੰ ਹਵਾ ਜੀ ਆ ਜਾਂਦੀ ਹੈ, ਨਹੀਂ ਤਾਂ ਫਿਰ ਇੱਦਾਂ ਇਹ ਜੰਮ ਜਾਂਦਾ ਇੱਥੇ ਇੱਕੋ ਜਗ੍ਹਾ। ਸਰਦੀਆਂ ਵਿੱਚ ਇਹ 2-3 ਦਿਨ ਬਾਅਦ ਹਿਲਾਉਣਾ ਜ਼ਰੂਰੀ ਆ। ਅਤੇ ਹੁਣ ਦੂਜੀ ਸਾਈਡ ਕਰਦਾ ਛਿਲਕਾ ਦੋਸਤੋ, ਆਪਣੇ ਹਾਲਾਤ ਆ। ਅਤੇ ਨਾ ਆਪਣੇ ਪਾਸ 12 ਪੀਸ RER ਮੁਰਗੇ ਦੇ ਪਏ ਆ, ਜੇ ਕਿਸੇ ਵੀਰ ਨੇ ਲੈਣੇ ਹੋਏ ਤਾਂ ਲੈ ਸਕਦੇ ਆ ਜੀ। ਅਤੇ ਉਹਨਾਂ ਦਾ ਵਜ਼ਨ ਹੈਗਾ 2-2.5 ਕਿਲੋ ਵਜ਼ਨ ਆ ਦੋਸਤੋ। ਇਸ ਸਾਈਡ ਨਾ ਛਿਲਕਾ ਪਾਉਣ ਨਾਲ ਗੱਲ ਬਣੀ ਨਹੀਂ ਹੈਗੀ, ਕਿਉਂਕਿ ਸਮੈਲ ਹਲੇ ਵੀ ਆ ਰਹੀ ਆ। ਦਰਅਸਲ ਨਾ ਇਹ ਹੁਣ ਵੱਡੇ ਹੋ ਗਏ, ਹੁਣ ਇਹਨਾਂ ਵਾਸਤੇ ਜਿਹੜੀ ਇਹ ਜਗ੍ਹਾ ਇਹ ਹੈਗੀ ਘੱਟ, ਅਤੇ ਹੁਣ ਇਹਨਾਂ ਦੀ ਜਗ੍ਹਾ ਬਦਲਣੀ ਪੈਣੀ ਆ। ਤਾਂ ਹੀ ਉਹ ਫਿਰ ਹੁਣ ਜਿਹੜੇ ਆਪਣੇ ਪਾ ਪਏ ਆ RER ਮੁਰਗੇ ਉਹ ਸੇਲ ਕਰ ਦੇਣੇ ਆ, ਫਿਰ ਇਹ ਉੱਥੇ ਛੱਡ ਦੂੰਗੇ, ਕਿਉਂਕਿ ਹੁਣ ਇੱਥੇ ਜਗ੍ਹਾ ਘੱਟ ਆ। ਜਿਹੜਾ ਛਿਲਕਾ ਆਪਾਂ ਨੇ ਪਰਸੋਂ ਚੌਥੇ ਪਾਇਆ ਸੀਗਾ ਨਾ, ਉਹ ਸਾਰਾ ਫਿਰ ਖਰਾਬ ਹੋ ਗਿਆ। ਹੁਣ ਇਹਨਾਂ ਨੂੰ ਨਾ ਜਗ੍ਹਾ ਬਹੁਤ ਘੱਟ ਆ ਇਹ ਘੁੰਮਣੇ ਫਿਰਨੇ ਵਾਸਤੇ। ਆ ਛਿਲਕੇ ਦਾ ਹਾਲ ਦੇਖ ਲਓ ਕੀ ਹੋ ਗਿਆ, ਹਲੇ ਪਰਸੋਂ ਚੌਥੇ ਹੀ ਹਲੇ ਪਾਇਆ, ਹੁਣ ਉਹ ਦੇਖਦੇ ਹਾਂ ਸੰਡੇ ਤੱਕ ਸੇਲ ਕਰਦੇ ਹਾਂ ਉਹਨਾਂ ਨੂੰ RER ਮੁਰਗਿਆਂ ਨੂੰ। ਉਸ ਤੋਂ ਬਾਅਦ ਫਿਰ ਉੱਥੇ ਇਹਨਾਂ ਨੂੰ ਪਿੰਜਰੇ 'ਚ ਰੱਖ ਦੂੰਗੇ, ਜਦ ਤੱਕ ਜਿਹੜੇ ਦੂਜੇ ਆਪਣੇ 3-4 ਖੜੇ ਬਿਮਾਰ ਉਹ ਵੀ ਠੀਕ ਹੋ ਜੂੰਗੇ, ਫਿਰ ਉਹ ਪਿੰਜਰੇ 'ਚ ਪਾ ਦਾਂਗੇ ਇਹਨਾਂ ਨੂੰ। ਰਾਤ ਰਾਤ ਉੱਥੇ ਰਹਿਣਗੇ, ਦਿਨ ਦਿਨ ਫਿਰ ਖੁੱਲ੍ਹੇ ਰਹਿਣਗੇ। ਇੱਕ ਵੀਰ ਦਾ ਹੋਰ ਕਮੈਂਟ ਆਇਆ ਵਾ ਫੇਸਬੁੱਕ 'ਤੇ ਵੀ ਉਹਨਾਂ ਦੇ ਮੁਰਗੇ ਵੀ ਗਲੇ 'ਚੋਂ ਨਾ ਆਵਾਜ਼ ਆਉਂਦੀ, ਖੁੜ ਖੁੜ ਦੀ ਆਵਾਜ਼ ਆਉਂਦੀ ਆ, ਅਤੇ ਉਹਦੇ ਵਾਸਤੇ ਆਪਾਂ ਤਾਂ ਦਵਾਈ ਜਿਹੜੀ ਪਾਈ ਤੀ ਆਪਣੇ ਦਾ ਹੋ ਗਿਆ ਠੀਕ। ਅਤੇ ਇਹ ਵਾਲੀ ਦਵਾਈ ਆ NRO Fit BH, ਇਹ 3 ਦਿਨ ਪਾਉਣੀ ਆ ਪਾਣੀ ਵਿੱਚ, ਅਤੇ 25 ml 100 ਮੁਰਗੇ ਨੂੰ ਪੈਣੀ ਆ ਇਹ। ਅਤੇ ਦੋਸਤੋ, ਇਹਨਾਂ ਨੂੰ ਹੁਣ ਮੈਂ ਬਰਸੀਨ ਲਿਆ ਕੇ ਪਾਉਣਾ, ਅਤੇ ਫਿਰ ਵੀਡੀਓ ਨੂੰ ਵੀ ਕਰਦੇ ਹਾਂ ਬੰਦ। ਅਤੇ ਵੀਡੀਓ ਦੱਸਿਓ ਕਿਵੇਂ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਧੰਨਵਾਦ ਜੀ।